जिला पठानकोट के पिंड डडवाल विच अज दोपहर नूं कणक की खड़ी फसल विच अग लगण की वजह से 40 तो वध एकड़ कणक की फसल जल के राख हो गई। समय सिर फायर ब्रिगेड नूं सूचित किया गया पर फायर ब्रिगेड समय से नहीं पहुँच सकी, जिस कारण किसानों का भारी नुकसान होया। इस मौके किसानों ने जिला प्रशासन तो अपील करते हुए कहा कि जद तक फसल कट नहीं होंगी उदों तक फायर ब्रिगेड विभाग को हर स्थिति में तैयार रहने के हुक्म दिए जाएं अते फसलों के हो रहे नुकसान तो बचाया जा सके। अग बिना इतने आए थे पिंड डवाल अग लगी थी तो इतने काफ़ी नुकसान होया इन्हों का 25-30 किले कणक जी नाड़ से कणक इकट्ठी दोनों सड़ के सवाह हो गए हैं तो नुकसान तो बहुत ज़्यादा होया जाना। ਅਸੀਂ ਮੌਕੇ 'ਤੇ ਪਠਾਣ ਗੱਡੀ ਵੀ ਆਈਆਂ ਨੇ, ਅਸੀਂ ਜਗਿਆਲ ਤੋਂ ਹੀ ਡੈਂਤ ਗੱਡੀ ਲੈ ਕੇ ਆਏ ਹਾਂ ਅਤੇ ਅੱਗ 'ਤੇ ਕਾਬੂ ਪਾਇਆ ਗਿਆ। ਅੱਛਾ ਜੀ, ਪਿੰਡ ਡਵਾਲ ਦਾ ਰਹਿਣਾ ਦਾ ਇੱਕ ਛੋਟੇ ਕਿਸਾਨ ਹੁੰਦੇ ਨਾਤੇ ਸਾਡੇ ਇੱਥੇ ਫਸਲ ਦਾ ਬੜਾ ਨੁਕਸਾਨ ਹੋਇਆ ਪਿੰਡ ਡਵਾਲ ਦੇ ਵਿੱਚ, ਜਿਹੜੀ ਕਿ ਅੱਜ ਦੁਪਹਿਰ ਅੱਗ ਲੱਗ ਗਈ ਆ ਅਤੇ ਪ੍ਰਸ਼ਾਸਨ ਦੀ ਇੰਨੀ ਕੁ ਢਿੱਲ ਹੈ ਕਿ ਇੰਨੀਆਂ ਲੇਟ ਮਸ਼ੀਨਾਂ ਆਈਆਂ ਕਿ ਦੱਸ ਨਹੀਂ ਤੁਹਾਨੂੰ ਸਕਦੇ ਜਿਹੜੀਆਂ ਇਹ ਅੱਗ ਬੁਝਾਉਣ ਦੇ ਫਾਇਰ ਬ੍ਰਿਗੇਡ ਆ ਕਿ ਹੁਣ ਇਹ ਪਹੁੰਚ ਰਹੀਆਂ, ਕਿੰਨੇ ਕਿੱਲੇ ਸੜ ਕੇ ਸਵਾਹ ਹੋ ਗਏ ਆ। ਇਸ ਕਾਰਨ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਜਦ ਤੱਕ ਇਹ ਫਸਲਾਂ ਨਹੀਂ ਵਢਾਉਂਦੀਆਂ ਤਦ ਕਿ ਫਾਇਰ ਬ੍ਰਿਗੇਡ ਤਿਆਰ ਬਾਰ ਤਿਆਰ ਰਹਿਣਾ ਚਾਹੀਦਾ, ਜੋ ਕਿਸਾਨਾਂ ਦਾ ਨੁਕਸਾਨ ਹੋਇਆ ਇਹਨਾਂ ਦਾ ਮੁਆਵਜ਼ਾ। ਸਰਪੰਚ ਡਡਵਾਲ ਝਿੱਗਲੀ ਤੋਂ, ਅਤੇ ਸਾਨੂੰ ਥੋੜ੍ਹੇ ਟਾਈਮ ਪਤਾ ਲੱਗਾ ਵੀ ਇਹ ਤਿੰਨਾਂ ਚਾਰਾਂ ਪਿੰਡਾਂ ਜਿਹੀਆਂ ਢਡਵਾਲ ਮੋੜ ਅਤੇ ਭੋ ਇਹ ਪਲਾਈ 'ਚ ਵੀ ਆਉਂਦੀ ਜਗ੍ਹਾ, ਅਤੇ ਇੱਥੇ ਕੋਈ 30-40 ਕਿੱਲੇ ਦਾ ਪੈਲੀ ਦਾ ਨੁਕਸਾਨ ਹੋਈ ਆ ਅਤੇ ਜ਼ਿਮੀਂਦਾਰਾਂ ਦੇ ਅੱਗੇ ਬੜਾ ਖਰਚਾ ਆਉਂਦਾ ਪੈਲੀਆਂ ਕਿਹੜਾ ਕਣਕਾਂ ਦਾ, ਅਤੇ ਜ਼ਿਮੀਂਦਾਰਾਂ ਦੇ ਮਯੂਸੀ ਚਿਹਰੇ ਭਰਾਉਂਦੀ ਹੈ। ਹੁਣ ਤਾਂ ਅੱਗ ਲੱਗੀ ਦੀ ਬੜਾ ਨੁਕਸਾਨ ਹੋਇਆ। ਅਸੀਂ ਤਾਂ ਇਹੀ ਸਰਕਾਰ ਅੱਗੇ ਕਰਨੇ ਆ ਵੀ ਜਿਹੜੇ ਜ਼ਿਮੀਂਦਾਰ ਨੇ ਵਿਚਾਰੇ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾ, ਜੋ ਵੀ ਉਹਦਾ ਹੱਕ ਬਣਦਾ ਕਹਿਣਾ।